ਅੱਧੀ ਰਾਤ ਆਪੇ ਸਟਾਰਟ ਹੋ ਗਿਆ ਟਰੈਕਟਰ, ਵਿਹੜੇ 'ਚ ਸੁੱਤੀ ਪਈ ਸੀ ਮਹਿਲਾ, ਉਸਦੇ ਉੱਤੇ ਇਹ ਟਰੈਕਟਰ ਚੜ ਗਿਆ, ਜਿਸ ਕਰਕੇ 45 ਸਾਲਾਂ ਮਨਜੀਤ ਕੌਰ ਦੀ ਮੌਤ ਹੋ ਗਈ ਹੈ। ਤਾਂ ਬੇਹੱਦ ਮੰਦਭਾਗੀ ਖਬਰ ਅਤੇ ਹੈਰਾਨ ਕਰਨ ਦੇਣ ਵਾਲੀ ਖਬਰ, ਕਿਉਂਕਿ ਇੱਕ ਬੰਦ ਪਿਆ ਟਰੈਕਟਰ ਅੱਧੀ ਰਾਤ ਆਪਣੇ ਆਪ ਕਿਵੇਂ ਸਟਾਰਟ ਹੋ ਗਿਆ, ਆਪਣੇ ਆਪ ਸਟਾਰਟ ਹੋ ਕੇ ਗੇਅਰ ਲੱਗਦਾ ਇਹ ਟਰੈਕਟਰ ਵਿਹੜੇ ਦੇ ਵਿੱਚ, ਘਰ ਦੇ ਵਿਹੜੇ ਦੇ ਵਿੱਚ ਖੜਿਆ ਸੀ, ਵਿਹੜੇ 'ਚ ਹੀ ਮਹਿਲਾ ਸੁੱਤੀ ਹੋਈ ਸੀ, ਕਿਉਂਕਿ ਅੱਜ ਕੱਲ੍ਹ ਦੇਰ ਰਾਤ ਲਾਈਟ ਦੇ ਕੱਟ ਲੱਗ ਰਹੇ ਨੇ, ਜਿਸ ਕਰਕੇ 45 ਸਾਲਾਂ ਮਨਜੀਤ ਕੌਰ ਆਪਣੇ ਘਰ ਦੇ ਵਿਹੜੇ ਦੇ ਵਿੱਚ ਸੁੱਤੀ ਹੋਈ ਸੀ। ਉਸਨੂੰ ਨਹੀਂ ਪਤਾ ਸੀ ਕਿ ਉਸਦੀ ਇਹ ਆਖਰੀ ਰਾਤ ਹੈ, ਵਿਚਾਰੀ ਸੁੱਤੀ ਹੋਈ ਸੀ, ਤਾਂ ਜਿਹੜਾ ਟਰੈਕਟਰ ਚੱਲਿਆ ਉਹ ਇਸ ਦੇ ਉੱਪਰ ਚੜ ਗਿਆ, ਜਿਸ ਕਰਕੇ ਬੁਰੀ ਤਰੀਕੇ ਦੇ ਨਾਲ ਮਨਜੀਤ ਕੌਰ ਜ਼ਖਮੀ ਹੋ ਗਈ। 45 ਸਾਲਾਂ ਦੀ ਉਮਰ ਹੈ, ਹਾਲੇ ਨਿਆਣੇ ਵਿਆਹਣ ਵਾਲੇ ਸੀ, ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ, ਕਿਉਂਕਿ ਪਰਿਵਾਰ ਖੁਦ ਹੈਰਾਨ ਹੈ ਕਿ ਇੱਕ ਟਰੈਕਟਰ ਖੁਦ ਸਟਾਰਟ ਹੋ ਕੇ ਖੁਦ ਇਸ ਮਹਿਲਾ ਦੇ ਉੱਤੇ ਕਿਵੇਂ ਚੜ ਗਿਆ ਅਤੇ ਉਸਦੀ ਮੌਤ ਵੀ ਹੋ ਗਈ। ਦਰਅਸਲ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਮੋਗਾ ਦੇ ਪਿੰਡ ਲੋਹਰਾ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਅਚਾਨਕ ਆਪਣੇ ਆਪ ਜਦ ਟਰੈਕਟਰ ਚੜਿਆ ਅਤੇ ਮਹਿਲਾ ਦੇ ਉੱਤੇ ਜਦ ਚੜ ਗਿਆ, ਮਹਿਲਾ ਨੂੰ ਦਰੜ ਦਿੱਤਾ ਟਰੈਕਟਰ ਨੇ, ਤਾਂ ਬਾਅਦ ਦੇ ਵਿੱਚ ਰੌਲਾ ਪੈਣ ਲੱਗ ਗਿਆ। ਮਹਿਲਾ ਨੇ ਸੁੱਤੀ ਪਈ ਨੇ ਚਿੱਕਾਂ ਮਾਰੀਆਂ, ਪੂਰਾ ਪਿੰਡ ਇਕੱਠਾ ਹੋ ਗਿਆ, ਪਰ ਹੁਣ ਤੱਕ ਇਹ ਨਹੀਂ ਪਤਾ ਚੱਲ ਸਕਿਆ ਕਿ ਟਰੈਕਟਰ ਆਪਣੇ ਆਪ ਸਟਾਰਟ ਹੋਇਆ ਅਤੇ ਹੋਇਆ ਕਿਵੇਂ। ਤਾਂ ਬੇਹੱਦ ਮੰਦਭਾਗੀ ਖਬਰ ਹੈ, ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ। ਆਓ ਪਰਿਵਾਰਕ ਮੈਂਬਰਾਂ ਤੋਂ ਹੀ ਜਾਣਦੇ ਹਾਂ ਕਿ ਆਖਿਰਕਾਰ ਇਹ ਘਟਨਾ ਹੋਈ ਕਿਵੇਂ। ਵਿਹੜੇ ਦੇ ਵਿੱਚ ਟਰੈਕਟਰ ਖੜਾ ਸੀਗਾ ਜੀ, ਟਰੈਕਟਰ ਦੇ ਅੱਗੇ ਲਾਈਆਂ ਹੋਈਆਂ ਸੀਗੀਆਂ ਮੰਜਾਂ, ਦੀ ਤਿੰਨ ਮੰਜੇ ਸੀਗੇ ਜੀ, ਪਹਿਲਾ ਮੰਜਾ ਮੇਰੀ ਪਤਨੀ ਦਾ ਸੀਗਾ, ਜਦੋਂ ਬਾਅਦ 'ਚ ਲੜਕੀ ਅਤੇ ਲੜਕਾ ਤਿੰਨ ਜਣੇ ਪਏ ਸੀ, ਟਰੈਕਟਰ ਨੇ ਆਪਣੇ ਆਪ ਸਟਾਰਟ ਹੋਇਆ ਜੀ ਅਤੇ ਲੱਕੜ ਪਾ ਜੀ, ਮੇਰੇ ਘਰ ਵਾਲੇ ਨੂੰ ਬੱਚੀ ਦੇ ਵਿੱਚ ਚੋਟ ਆਈ ਜੀ। ਸੁੱਤੇ ਪਈ ਗਏ? ਹਾਂਜੀ। ਕਿੰਨੇ ਵਜੇ ਦੀ ਗੱਲ ਹੈ? ਇੱਕ ਡੇਢ ਵਜੇ ਦੀ ਗੱਲ ਹੈ ਰਾਤ ਨੂੰ। ਹਾਂਜੀ। ਅਤੇ ਟਰੈਕਟਰ ਕਿਵੇਂ ਸਟਾਰਟ ਹੋ ਗਿਆ? ਕਹਿ ਨਹੀਂ ਸਕਦਾ। ਤੁਸੀਂ ਕਿੱਥੇ ਸੀਗੇ ਉੱਥੇ? ਮੈਂ ਥੋੜ੍ਹਾ ਇੱਧਰ ਹੀ ਬਗਲ ਸੀਗਾ ਜੀ। ਟਰੈਕਟਰ ਕਿਵੇਂ ਚੜ ਗਿਆ ਆਪੇ ਉੱਤੇ? ਆਪੇ ਸਟਾਰਟ ਹੋ ਗਏ। ਸਟਾਰਟ ਆਪੇ ਹੋ ਗਿਆ। ਚੈੱਕ ਕੀਤਾ ਬਾਅਦ ਚੋਂ ਤਾਰਾ ਸਟਾਰਟ ਥੋੜੀ ਜੀ ਤਾਰਾ ਮੱਚੀਆਂ ਹੋਈਆਂ ਜੀ। ਅੱਛਾ। ਕੌਣ ਕੌਣ ਸੀ ਉਸ ਟਾਈਮ ਸੁੱਤਾ ਜਿਹੜੇ ਜੀ ਜਦੋਂ ਟਰੈਕਟਰ ਸਟਾਰਟ ਹੋਇਆ? ਮੇਰੀ ਲੜਕੀ, ਮੇਰਾ ਲੜਕਾ ਅਤੇ ਮੇਰੀ ਘਰ ਵਾਲੀ ਅਤੇ ਬਾਦਲ ਚ ਮੈਂ ਸੀਗਾ। ਟਰੈਕਟਰ ਗੇਅਰ 'ਚ ਖੜਾ ਸੀਗਾ ਇਹ? ਗੇਅਰ 'ਚ ਹੀ। ਅਤੇ ਕੰਮ ਕੀ ਕਰਦੇ ਹੋ ਤੁਸੀਂ? ਭੱਠੇ ਦਾ ਕੰਮ ਕਰਦੇ ਹਾਂ। ਸ਼ਾਮ ਨੂੰ ਕਰੀਬ 7 ਵਜੇ ਆਪਦੇ ਕੰਮ ਤੋਂ ਆਏ ਸੀ, ਭੱਠੇ 'ਤੇ ਕੰਮ ਕਰਦੇ ਸੀ ਭਰਾਈ ਦਾ, ਅਤੇ ਟਰੈਕਟਰ ਬੰਦ ਕਰਕੇ ਅਤੇ ਸਾਰਾ ਪਰਿਵਾਰ ਆਪਦਾ ਆਰਾਮ ਨਾਲ ਸੁੱਤੇ ਪਏ ਸੀ, ਅਤੇ ਕਰੀਬ ਕੋਈ 1:30 ਵਜੇ ਟਰੈਕਟਰ ਦੀ ਸੈਲਫ ਸਟਾਰਟ ਹੋ ਗਈ। ਸੈਲਫ ਸਟਾਰਟ, ਟਰੈਕਟਰ ਗੇਅਰ 'ਚ ਖੜਾ ਸੀ, ਆ 30 ਸਾਲ ਪੁਰਾਣਾ ਟਰੈਕਟਰ ਹੈ, ਅਤੇ ਉਹ ਸੈਲਫ ਸਟਾਰਟ ਹੋਣੇ ਹੀ ਉੱਪਰ ਪਰਿਵਾਰ ਦੇ ਪਏ ਸੁੱਤੇ ਪਏ ਦੇ ਚੜ੍ਹ ਗਿਆ, ਜਿਹੜਾ ਕਿ ਇਹਨਾਂ ਦੇ ਵਾਈਫ ਸੀਗੀ, ਹਾਂ ਗੁਲਾਬ ਸਿੰਘ ਦੀ, ਉਹਦੀ ਮੌਕੇ 'ਤੇ ਹੀ ਡੈਥ ਹੋ ਗਈ। ਥੋੜ੍ਹਾ ਜਿਹਾ ਸਾਹ ਵਗਦੇ ਸੀਗੇ, ਉਹ ਸਿਵਲ ਹੋਸਪਿਟਲ ਲੈ ਕੇ ਆਉਂਦਾ ਅਤੇ ਇੱਥੇ ਆਉਂਦੇ ਨੂੰ ਉਹਦੀ ਡੈਥ ਹੋ ਗਈ ਸੀਗੀ। ਅਤੇ ਕੋਈ ਹੋਰ ਵੀ ਜ਼ਖਮੀ ਹੋਇਆ? ਨਹੀਂ, ਹੋਰ ਜ਼ਖਮੀ ਨਹੀਂ ਹੋਇਆ ਜੀ, ਹੋਰ ਨਹੀਂ ਕੋਈ ਜ਼ਖਮੀ ਹੋਇਆ ਹੈਗਾ। ਸੀਸੇ ਦੇ ਕੰਧ ਦੇ ਅਤੇ ਮੰਜੇ ਦੇ ਸੰਨ 'ਚ ਆ ਕੇ ਵੱਡੇ ਟਾਇਰ ਉੱਪਰ ਵੀ ਚੜ੍ਹ ਗਏ। ਇੱਦਾਂ ਸਟਾਰਟ ਹੋ ਸਕਦਾ ਜੀ ਟਰੈਕਟਰ ਇੱਦਾਂ ਆਟੋਮੈਟਿਕ? ਅੱਜ ਕੱਲ੍ਹ ਵਹਿਰਾਂ ਵੂਰਾਂ ਗਰਮ ਹੋ ਜਾਂਦੀਆਂ, ਗਰਮੀ ਕਾਰਨ ਜੋ ਵਹਿਰ ਕਿਤੇ ਸ਼ਾਰਟ ਹੋਊਗੀ, ਸ਼ਾਰਟ ਹੋਣ ਨਾਲ ਸਿਰਫ ਸਟਾਰਟ ਟਰੈਕਟਰ ਗੇਅਰ 'ਚ ਖੜਾ ਸੀਗਾ, ਗੇਅਰ 'ਚ ਖੜਾ ਕਾਰਨ ਟਰੈਕਟਰ ਕਿਤੇ ਸਿਰਫ ਲੱਗ ਗਈ। ਕੀ ਹੋਇਆ, ਕੀ ਹਾਦਸਾ ਉੱਥੇ? ਸਰ 1:30 ਵਜੇ ਦਾ ਟਾਈਮ ਸੀਗਾ,
ਜਦੋਂ ਸਾਡਾ ਘਰ ਡੇਢ ਕਿੱਲਾ ਦੂਰ ਆ ਇਹਨਾਂ ਦੇ ਘਰ ਤੋਂ, ਅਤੇ ਜਦੋਂ ਉਹਨਾਂ ਦਾ ਚੀਕ ਚਿਹਾੜਾ ਬੱਚਿਆਂ ਦਾ ਪਿਆ ਅਤੇ ਅਸੀਂ ਭੱਜ ਕੇ ਉੱਥੇ ਗਏ ਅਤੇ ਜੋ ਟਰੈਕਟ ਵਿੱਚ ਚੜਿਆ ਪਿਆ ਸੀ ਕੁੜੀ ਜਿਹੜੀ ਮੌਤ ਹੋਈ ਸੀ ਪਹਿਲਾ ਟਾਇਰ, ਜਦੋਂ ਪਹਿਲਾ ਟਾਇਰ 'ਤੇ ਉਹਨਾਂ ਨੇ ਕੱਧ ਜਾ ਕੇ ਜਿਹੜਾ ਸੀ ਟਰੈਕਟ ਰੁਕ ਗਿਆ ਅਤੇ ਤਿੰਨ ਮੰਜੇ ਸੀਗੇ, ਬੱਚੇ ਤਿੰਨ ਪਏ ਸੀਗੇ, ਕੁੜੀ ਦੇ ਥੋੜ੍ਹੇ ਸੱਪ ਪੈਰ 'ਤੇ ਸੱਟ ਵੱਜੀ ਆ ਅਤੇ ਬੱਚਾ ਜਿਹੜਾ ਸੀਗਾ ਪੱਖੇ ਦਾ ਪੱਖਾ ਵੀ ਸੀ ਟੁੱਟਿਆ ਅਤੇ ਬੱਚਾ ਮਗਰ ਧੱਕਾ ਗਿਆ ਕਮਰੇ 'ਚ, ਉਹ ਤਾਂ ਬੱਚੇ ਕਿਵੇਂ ਹੋਇਆ ਕਿਵੇਂ ਸਰ? ਅਤੇ ਸਰ ਸ਼ਾਰਟ ਹੋਇਆ ਟਰੈਕਟਰ, ਬੈਟਰੀ ਸ਼ਾਰਟ, ਟਰੈਕਟਰ ਆਪੇ ਸਟਾਰਟ ਹੋ ਗਿਆ? ਆਪੇ ਸਟਾਰਟ ਹੋ, ਆਪੇ ਕਿਵੇਂ ਹੋ ਗਿਆ ਸਟਾਰਟ? ਇਹ ਨਹੀਂ ਪਰ ਮਾਰਕ ਦੀ ਵਾਰ ਸੈਲਫ ਸਟਾਰਟ ਸੈਲਫ ਗੇਅਰ 'ਚ ਖੜਾ ਸੀ, ਗੇਅਰ 'ਚ ਖੜਾ ਸੀ। ਕਿੰਨੇ ਵਜੇ ਦਾ ਇਹ ਵਾਕਿਆ? ਡੇਢ ਵਜੇ ਦਾ ਜੀ, ਰਾਤ ਨੂੰ ਜੋ ਸੁੱਤੇ ਪਏ? ਹਾਂ ਡੇਢ ਵਜੇ। ਟਰੈਕਟਰ ਕਿੰਨਾ ਕੁ ਪੁਰਾਣਾ ਇਹ? ਉਸ ਤੋਂ ਬਾਅਦ ਕੀ ਹੋਇਆ, ਹੋਰ ਵੀ ਸੱਟਾਂ ਵੱਜੀਆਂ ਗਏ? ਉਸ ਤੋਂ ਬਾਅਦ ਨਹੀਂ ਸਰ, ਪੂਰੀ ਰਗੜਾ ਵੱਜੀਆਂ, ਉਸ ਤੋਂ ਬਾਅਦ ਅਸੀਂ ਹਸਪਤਾਲ ਲੈ ਆਏ, ਉਦੋਂ ਬੋਰਡ ਵੀ ਛੁੱਟ ਦੇਣਾ, ਟਰੈਕਟ ਜਿਹੜਾ ਪਿਛਲਾ ਟਾਇਰ ਸੀ ਉਹਦੇ ਧਰੇ 'ਤੇ ਡਲ ਗਿਆ ਉੱਥੇ ਥੋੜ੍ਹਾ, ਅਤੇ ਫਿਰ ਉਹ ਦੂਜਾ ਹਸਪਤਾਲ ਲੈ ਕੇ, ਪਰ ਹਸਪਤਾਲ ਉਹਨੇ ਡਾਕਟਰ ਨੇ ਹੱਥ ਦਿੱਤਾ ਜੀ।